told your friend you're not okay and tell me what's wrong and why you never ਸਵਾਗਤ ਕਰਦੇ ਸਾਰਿਆਂ ਦਾ ਪੰਜਾਬੀ ਸਲਾਈ ਕਢਾਈ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਡਿਜ਼ਾਈਨ ਪਾਉਣ ਦੀ ਵੀਡੀਓ ਇਹੜਾ ਆਪਾਂ ਡਿਜ਼ਾਈਨ ਪਾਵਾਂਗੇ ਬਾਜੂ ਉੱਪਰ ਪਾਵਾਂਗੇ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਗਰਲ ਪਸੰਦ ਕਰਦੀਆਂ ਨੇ ਗੜਬਾ ਬਾਜੂ ਤੁਹਾਨੂੰ ਗੜਬਾ ਬਾਜੂ ਬਣਾਉਣ ਦਾ ਤਰੀਕਾ ਦੱਸਾਂਗੇ ਇਹੜੇ ਆਪਾਂ ਬਾਜੂ ਬਣਾਵਾਂਗੇ ਡਿਜ਼ਾਇਨ ਨਾਲ ਇਸ ਉੱਪਰ ਲੈਸ ਦਾ ਵੀ ਇਸਤੇਮਾਲ ਕਰਾਂਗੇ ਸਾਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਧਿਆਨ ਨਾਲ ਦੇਖਣਾ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਜਿਹੜੀਆਂ ਆਪਣੀਆਂ ਨਵੀਆਂ ਵੀਡੀਓ ਨੇ ਉਹਨਾਂ ਦੀ ਜਾਣਕਾਰੀ ਤੁਹਾਨੂੰ ਜਲਦ ਮਿਲ ਸਕੇ ਬਾਜੂ ਬਣਾਉਣ ਲਈ ਆਪਾਂ ਇਹ ਸਾਰੇ ਕੱਪੜੇ ਦਾ ਇਸਤੇਮਾਲ ਕਰਾਂਗੇ ਇਸ ਕੱਪੜੇ ਵਿੱਚ ਆਪਾਂ ਬਾਜੂ ਦੀ ਕਟਿੰਗ ਕਰਾਂਗੇ ਇਸ ਕੱਪੜੇ ਵਿੱਚ ਆਪਾਂ ਫਰਿੱਲ ਦੀ ਕਟਿੰਗ ਕਰਾਂਗੇ ਇਹ ਆਪਣੇ ਕੋਲ ਨੈੱਟ ਦੀ ਲੈਸ ਆ ਇਸ ਦਾ ਇਸਤੇਮਾਲ ਵੀ ਕਰਾਂਗੇ ਇਹ ਸਾਰੀ ਜਾਣਕਾਰੀ ਦੇਵਾਂਗੇ ਆਪਾਂ ਗੜਬਾ ਬਾਜੂ ਤਿਆਰ ਕਰ ਰਹੇ ਹਾਂ ਬਹੁਤ ਹੀ ਵਧੀਆ ਡਿਜ਼ਾਇਨ ਨਾਲ ਤਿਆਰ ਕਰਾਂਗੇ ਇਸਨੂੰ ਇਸ ਦੇ ਲਈ ਪਹਿਲਾਂ ਆਪਾਂ ਬਾਜੂ ਦੀ ਕਟਿੰਗ ਕਰਾਂਗੇ ਜਿਹੜੀ ਆਪਣੀ ਬਾਜੂ ਦੀ ਕਟਿੰਗ ਕਰਨੀ ਹੈ 10.5 ਇੰਚ ਕਰਾਂਗੇ 10.5 ਇੰਚ ਆਪਾਂ ਬਾਜੂ ਦੀ ਕਟਿੰਗ ਕਰਾਂਗੇ 5 ਇੰਚ ਦੀ ਅੱਗੇ ਫਰਿੱਲ ਆਊਗੀ 5.5 ਇੰਚ ਦੀ ਪਹਿਲਾਂ ਇਹਦਾ ਆਪਾਂ ਮੋਢਾ ਲਵਾਂਗੇ ਮੋਢਾ 7.5 ਇੰਚ ਇਹ 3 ਇੰਚ ਦੀ ਜਿਹੜੀ ਆਪਣੀ ਗਲਾਈ ਪਾਉਣੀ ਆ ਉਸ ਤੋਂ ਬਾਅਦ ਆਪਾਂ ਨੇ ਜਿਹੜੀ ਬਾਜੂ ਲੈਣੀ ਆ 10.5 ਇੰਚ ਆਪਾਂ ਕਟਿੰਗ ਕਰਾਂਗੇ ਜਿਹੜੀ ਅੱਗੋਂ ਇਸਦੀ ਮੂਹਰੀ ਆਪਾਂ ਨੇ ਖੁੱਲ੍ਹੀ ਰੱਖਣੀ ਹੈਗੀ 13 ਇੰਚ ਯਾਨੀ ਕਿ ਇਸਨੂੰ ਆਪਾਂ 14.5 ਇੰਚ ਕਟਿੰਗ ਕਰਾਂਗੇ ਇਸ ਤਰ੍ਹਾਂ ਇਹਦੀ ਆਪਾਂ ਗਲਾਈ ਪਾਵਾਂਗੇ ਬਾਜੂ ਦੀ ਬਾਜੂ ਦੀ ਕਟਿੰਗ ਹੋ ਕੇ ਤਿਆਰ ਆ ਇਸ ਤੋਂ ਬਾਅਦ ਇਸਦੀ ਆਪਾਂ ਫਰਿੱਲ ਤਿਆਰ ਕਰਾਂਗੇ ਫਰਿੱਲ ਆਪਾਂ ਇਸ ਕੱਪੜੇ 'ਚੋਂ ਤਿਆਰ ਕਰਾਂਗੇ ਫਰਿੱਲ ਦੀ ਜਿਹੜੀ ਆਪਾਂ ਨੇ ਲੰਬਾਈ ਰੱਖਣੀ ਹੈਗੀ 16 ਇੰਚ 16 ਯਾਨੀ ਕਿ 32 ਇਹ ਵਲ ਪੈ ਕੇ ਆਪਣੀ ਫਰਿੱਲ ਤਿਆਰ ਹੋ ਜੂਗੀ ਜਿਹੜੀ ਇਸਦੀ ਆਪਣੇ ਚੜਾਈ ਰੱਖਣੀ ਹੈਗੀ ਇਸ ਨੂੰ ਆਪਾਂ ਰੱਖਾਂਗੇ 6 ਇੰਚ ਕਟਾਈ ਦੀ ਕਰਾਂਗੇ ਇਸਨੂੰ ਆਪਾਂ ਇਹ ਆਪਣੀ 5 ਇੰਚ ਫਰਿੱਲ ਤਿਆਰ ਹੈ ਜੂ ਕਿਉਂਕਿ 1/2 ਇੰਚ ਦਬਾਅ ਹੇਠਾਂ ਆਊ 1/2 ਇੰਚ ਦਬਾਅ ਉੱਪਰ ਪਹਿਲਾਂ ਇਸਦੀ ਆਪਾਂ ਕੰਨੀ ਦੀ ਕਟਿੰਗ ਕਰ ਦਾਂਗੇ ਇਹ ਹੋ ਗਈ ਆਪਣੀ ਗੜਬਾ ਬਾਜੂ ਦੀ ਫਰਿੱਲ ਸਭ ਤੋਂ ਪਹਿਲਾਂ ਆਪਾਂ ਇਹਦੀ ਫਰਿੱਲ ਤਿਆਰ ਕਰਾਂਗੇ ਫਰਿੱਲ ਤਿਆਰ ਕਰਨ ਦੇ ਲਈ ਆਪਾਂ ਨੂੰ ਇੱਕ ਕੱਪੜੇ ਦੀ ਹੋਰ ਜ਼ਰੂਰਤ ਪਊਗੀ ਇਸ ਕੱਪੜੇ ਵਿੱਚੋਂ ਆਪਾਂ ਲਾਵਾਂਗੇ ਅੱਗੇ ਜਿਹੜੀ ਆਪਣੇ ਫਰਿੱਲ ਦੇ ਅੱਗੇ ਕੱਪੜਾ ਲਾਉਣਾ ਗਾ ਫੋਲਡ ਕਰਨਾ 1/2 ਇੰਚ ਉਸ ਦਾ ਇਸਤੇਮਾਲ ਕਰਾਂਗੇ ਇਸ ਦੇ ਲਈ ਆਪਾਂ ਨੂੰ 2 ਇੰਚ ਕੱਪੜੇ ਦੀ ਜ਼ਰੂਰਤ ਆ ਇਹ ਆਪਣੇ ਕੋਲ 2.5 ਇੰਚ ਆ 1/2 ਇੰਚ ਦੀ ਆਪਾਂ ਕਟਿੰਗ ਕਰ ਦਾਂਗੇ ਨਾਲੋਂ ਇਹ ਆਪਣੇ ਕੋਲ ਡਬਲਾ ਕੱਪੜਾ ਜਿੰਨੀ ਆਪਣੀ ਬਾਂਹ ਦੀ ਮੂਹਰੀ ਹੈ ਉਸ ਹਿਸਾਬ ਨਾਲ ਆਪਾਂ ਇਸ ਕੱਪੜੇ ਨੂੰ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਫਰਿੱਲ ਤਿਆਰ ਕਰਾਂਗੇ ਜਿਹੜੀ ਫਰਿੱਲ ਤਿਆਰ ਕਰਨੀ ਆ ਇਸ ਦੇ ਲਈ ਆਪਾਂ ਨੇ ਇਹ ਆਪਣੇ ਕੋਲ ਕੱਪੜਾ ਫਰਿੱਲ 6 ਇੰਚ ਲੰਬਾਈ 1/2 ਇੰਚ ਇਸਦੇ ਉੱਪਰ ਆਊ 1/2 ਇੰਚ ਨੀਚੇ ਆਪਣੀ 5 ਇੰਚ ਜਿਹੜੀ ਫਰਿੱਲ ਬਣ ਕੇ ਤਿਆਰ ਹੈ ਜੂ ਬਿਲਕੁਲ ਇਸ ਉੱਪਰ ਆਪਣੇ ਬਖਾ ਵੱਡਾ ਕਰਿਆ ਕਿਉਂਕਿ ਆਪਣੇ ਖਿੱਚ ਕੇ ਬਲ ਪਾਉਣੇ ਨੇ ਧਾਗਾ ਖਿੱਚ ਕੇ ਇਹਦੇ ਲਈ ਆਪਣੇ ਬਖਾ ਵੱਡਾ ਕਰਿਆ ਦੋਨੇ ਸਾਈਡ ਸਿਲਾਈ ਲੱਗ ਕੇ ਤਿਆਰ ਆ ਉਸ ਤੋਂ ਬਾਅਦ ਇੱਕ ਧਾਗਾ ਲਵਾਂਗੇ ਆਪਾਂ ਇਸ ਤਰ੍ਹਾਂ ਇੱਕ ਧਾਗੇ ਨੂੰ ਲੈ ਕੇ ਇਹਦੇ ਆਪਾਂ ਸੈਂਟਰ ਵਿੱਚ
बाल पामांगे सारे। ये धागा खिंच के बल पा रहे हैं आप, जेकर तुसी दूसरे बल पाने ने दूसरे पा सकते होंगे। ज़्यादातर जिहड़ी अपनी गड़बा बाजू तैयार करते इसे तरह ही बल पैंदे ने उन्हां विच। इस नूं आपां जिहड़ी अपनी बाजू की मूरी है उस हिसाब नाल नापांगे। ये अपने सेंटर च बल पै के देखो बिल्कुल सेंटर च बल ने। इस तरह ही आप दूसरी साइड बल कर लेंगे। इस तरह की है अपने तैयार करे ने बल, इस तरह ही आप दूसरी साइड बल तैयार करेंगे। ये साइडा तो देखो अपने ये जगह साफ रखी है क्योंकि इस जगह पर अपनी सिलाई आऊगी, इस जगह पर अपने आने बल। इस तरह ही आप जी दूसरी सिलाई लाई है इसनों तैयार कर लेंगे। ये अपने दोनों साइडा वाले बल खिंच के देखो तुसी तैयार कर लेने बिल्कुल बाजू के बराबर। उस तो बाद पहला अपने सिलाई लानी हैगी बाजू वाली साइड। इस तरह बाजू वाली साइड सिलाई लावेंगे, उस तो बाद अगे फ्रिल तैयार करेंगे। जी अपनी सिलाई लानी है पहला सिलाई लाई हुई धागा खिंचन लई उस सिलाई के अंदर ही लावेंगे सिलाई नूं भी। ये अपनी सिंगल सिलाई लग के तैयार है, उस तो बाद एक सिलाई दोबारा फिर लावेंगे इस उपर। दबा अपने रखना बाजू वाली साइड। ये अपनी एक सिलाई लग के तैयार है, उपर लीड़ी अपनी सिलाई लग के तैयार है। उस तो बाद जी अपने हेठा इस दे कपड़ा लाना उस तैयार करांगे। इस कपड़े आप चूड़ी तैयार करांगे। चूड़ी तैयार करने के लिए इन आप उल्टी साइड रखांगे इस तरह। ये होगी अपनी बाजू की सीधी साइड। जी अपने चूड़ी वाला कपड़ा है अपना सीधी साइड वाला इस तरह। ये सीधी साइड है, यह होगी अपनी उल्टी साइड बाजू की। इस तरह अपने सिलाई लानी है क्योंकि अपने जरा ये चूड़ी वाला कपड़ा उल्ट के उपरली साइड इस लेके आवेंगे। ये सिलाई भी अपने जी पहला सिलाई लाई हुई है बलों लिए उसके सिलाई के अंदर ही लावेंगे। ये अपनी सिंगल सिलाई लग के तैयार है, उस तो बाद इस आप उपरली साइड फोल्ड करांगे। जाने कि इस तरह ये सिर्फ अपने अद्धा इंच का रखना, एडी चूड़ी अपने रखनी है सिर्फ अद्धे इंच की।
ਤਰ੍ਹਾਂ ਇਹ ਚੂੜੀ ਆਪਣੀ ਬਣ ਕੇ ਜਿਹੜੀ ਗੜਬਾ ਵਾਜੂ ਤਿਆਰ ਆ ਗਈ। ਉਸ ਤੋਂ ਬਾਅਦ ਆਪਣੇ ਜਿਹੜੀ ਆਪਣੇ ਕੋਲ ਨੈੱਟ ਵਾਲੀ ਲੈਸ ਆ, ਜਿਹੜੀ ਆਪਣੀ ਨੈੱਟ ਵਾਲੀ ਲੈਸ ਆ, ਇਸ ਨੂੰ ਆਪਾਂ ਲਾਵਾਂਗੇ ਉੱਪਰਲੀ ਸਾਈਡ, ਯਾਨੀ ਕਿ ਇਸ ਸਾਈਡ ਲਾਵਾਂਗੇ ਇਸ ਨੂੰ ਆਪਾਂ। ਇਸ ਉੱਪਰ ਆਪਾਂ ਲਾਵਾਂਗੇ ਲੈਸ, ਜਿਹੜਾ ਆਪਣੇ ਗੜਬਾ ਤਿਆਰ ਕਰਿਆ ਗਿਆ ਉਸ 'ਤੇ ਉੱਪਰਲੀ ਸਾਈਡ ਆਪਾਂ ਲੈਸ ਲਾਵਾਂਗੇ। ਇਹ ਆਪਣੇ ਕੋਲ ਨੈੱਟ ਵਾਲੀ ਲੈਸ ਆ। ਇਹ ਆਪਣਾ ਉੱਪਰਲਾ ਡਿਜ਼ਾਇਨ ਬਣ ਕੇ ਤਿਆਰ ਆ। ਦੇਖੋ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ। ਉਸ ਤੋਂ ਬਾਅਦ ਇਹਦੀ ਆਪਾਂ ਲਾਵਾਂਗੇ ਫਿਟਿੰਗ ਵਾਲੀ ਸਿਲਾਈ। ਜਿਹੜੀ ਆਪਣੇ ਫਿਟਿੰਗ ਵਾਲੀ ਸਿਲਾਈ ਲਾਉਣੀ ਆ, ਪਹਿਲਾਂ ਇਹਨੂੰ ਆਪਾਂ ਫੋਲਡ ਕਰਾਂਗੇ। ਬਾਜੂ ਦੀ ਮੂਹਰੀ ਆਪਾਂ ਨੇ ਰੱਖਣੀ ਹੈਗੀ 11 ਇੰਚ, ਯਾਨੀ ਕਿ 5.5 ਇੰਚ 'ਤੇ ਨਿਸ਼ਾਨ ਲਾਵਾਂਗੇ ਆਪਾਂ। ਉਸ ਤੋਂ ਬਾਅਦ ਜਿਹੜਾ ਇਹ ਨਿਸ਼ਾਨ ਲਾਉਣਾ, ਇਹ ਆਪਾਂ ਲਾਵਾਂਗੇ 6.5 ਇੰਚ 'ਤੇ। ਮੋਢਾ ਹੈਗਾ ਆਪਣੇ ਕੋਲ ਇਹਦਾ 7.5 ਇੰਚ ਤਿਆਰ। ਇਸ ਤਰ੍ਹਾਂ ਆਪਾਂ ਨੇ ਇਹਦੀ ਸਿਲਾਈ ਪਾਉਣੀ ਹੈ ਬਾਜੂ ਦੀ। ਇਹ ਆਪਣੀ ਗੜਬਾ ਬਾਜੂ ਬਣ ਕੇ ਤਿਆਰ ਆ। ਅਸੀਂ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਸ ਤਰ੍ਹਾਂ ਆਪਾਂ ਨੇ ਡਿਜ਼ਾਇਨ ਤਿਆਰ ਕਰਿਆ ਗਾ। ਦੇਖੋ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ, ਤੁਸੀਂ ਵੀ ਘਰ ਬੈਠੇ ਡਿਜ਼ਾਇਨ ਬਣਾ ਸਕਦੇ ਹੋਗੇ। ਇਸ ਤਰ੍ਹਾਂ ਆਪਣੀ ਇਹ ਕੋਈ ਵੀ, ਦੇਖੋ ਇਸ ਵਿੱਚ ਜ਼ਿਆਦਾ ਫਲਾਵਟ ਨਹੀਂ ਹੈਗੀ। ਇਸ ਤਰ੍ਹਾਂ ਆਪਣੀ ਬਾਜੂ ਬਣ ਕੇ ਤਿਆਰ ਆ ਗਈ।